ਸਤਿਸ਼੍ਰੀਕਾਲ ਟਰੂ ਸਕੂਪ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਕੈਪਟਨ ਸਰਕਾਰ ਨੂੰ ਬਣਿਆ ਪੂਰੇ 2.5 ਸਾਲ ਹੋ ਚੁੱਕੇ ਨੇ ਅਤੇ ਸਿੱਧੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦਾ ਅੱਧਾ ਸਮਾਂ ਪੂਰਾ ਕਰ ਲਿਆ ਅਤੇ ਜੇਕਰ ਨਜ਼ਰ ਮਾਰੀ ਜਾਵੇ ਉਹਨਾਂ ਵਾਅਦਿਆਂ ਦੀ ਜੋ ਕੈਪਟਨ ਸਰਕਾਰ ਨੇ ਆਪਣੀ ਸਰਕਾਰ ਬਣਾਉਂਦਿਆਂ ਸਾਰੀ ਕੀਤੀ ਸੀ ਤਾਂ ਉਹਨਾਂ ਵਾਅਦਿਆਂ ਵਿੱਚੋਂ ਕਈ ਵਾਅਦੇ ਪੂਰੇ ਹੋ ਗਏ ਨੇ ਅਤੇ ਕਈ ਵਾਅਦੇ ਜੋ ਹੈ ਉਹ ਗੁੰਮ ਹੋ ਚੁੱਕੇ ਨੇ। ਇਸ ਬਾਰੇ ਗੱਲ ਕਰੇਗਾ ਟਰੂ ਸਕੂਪ ਪੰਜਾਬੀ। ਨਸ਼ੇ ਦੇ ਦਲਦਲ ਵਿੱਚ ਤਸਦੀ ਜਾ ਰਹੀ ਹੈ ਪੰਜਾਬ ਦੀ ਜਵਾਨੀ। ਤੇ ਹਾਲੇ ਤੱਕ ਸਰਕਾਰ ਨਹੀਂ ਫੜ ਸਕੀ ਨਸ਼ੇ ਦੇ ਵੱਡੇ ਸਮਗਲਰ ਨੂੰ। ਪੰਜਾਬ ਵਿੱਚ ਨਸ਼ਾ ਜੜ੍ਹ ਤੋਂ ਖਤਮ ਕਰਨ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਦਿਆਂ ਸਾਰੀ ਕੀਤਾ ਸੀ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਹੁੰ ਖਾਧੀ ਸੀ ਕਿ ਪੰਜਾਬ ਵਿੱਚੋਂ ਨਸ਼ਾ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ। ਆ ਹੈ ਗੁਟਕਾ ਸਾਹਿਬ ਔਰ ਉਹ ਇੱਥੋਂ 30 ਕਿਲੋਮੀਟਰ ਦੂਰ ਦਮਦਮਾ ਸਾਹਿਬ। ਮੈਂ ਇਹ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਨੂੰ ਚੱਕ ਕੇ ਸਹੁੰ ਖਾਣਾ ਅੱਜ ਕਿ ਪਹਿਲੀ ਗੱਲ ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨੇ ਅੱਜ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ। ਇਸ ਦੇ ਲਈ SDF ਦਾ ਗਠਨ ਵੀ ਕੀਤਾ ਗਿਆ ਅਤੇ ਨਾਲ ਹੀ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਗਏ, ਪਰ ਕੈਪਟਨ ਅਮਰਿੰਦਰ ਸਿੰਘ ਦਾ ਇਹ ਵਾਅਦਾ ਸਮੇਂ ਸਿਰ ਨਹੀਂ ਚੜ ਸਕਿਆ ਤੇ ਹਾਲਾਤ ਇਹ ਹੋ ਚੁੱਕੇ ਨੇ ਕਿ ਪੰਜਾਬ ਵਿੱਚ ਲੜਕੀਆਂ ਵੀ ਨਸ਼ੇ ਦੇ ਦਲਦਲ ਵਿੱਚ ਜਾ ਰਹੀਆਂ ਨੇ। ਇਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਨੇ ਜਿਸ ਵਿੱਚ ਇਹ ਸਾਫ਼ ਦੇਖਿਆ ਗਿਆ ਹੈ ਕਿ ਲੜਕੀਆਂ ਕਿਵੇਂ ਸ਼ਰੇਆਮ ਨਸ਼ੇ ਦਾ ਸੇਵਨ ਕਰ ਰਹੀਆਂ ਨੇ। ਹੋਰ ਤਾਂ ਹੋਰ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਨਸ਼ਾ ਕਰਦੇ ਨੇ ਜਿਸ ਦੀਆਂ ਕੁਝ ਵੀਡੀਓਜ਼ ਪਿਛਲੇ ਦਿਨੇ ਸਾਹਮਣੇ ਆਈਆਂ ਨੇ। ਇਸ ਬਾਰੇ ਕਈ ਤੱਥ ਵੀ ਸਾਹਮਣੇ ਆਏ ਨੇ ਕਿ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਾਫੀ ਹੱਦ ਤੱਕ ਨਸ਼ਾ ਖਤਮ ਕਰ ਦਿੱਤਾ ਗਿਆ, ਪਰ ਇਹਨਾਂ 2.5 ਸਾਲਾਂ ਤੋਂ ਬਾਅਦ ਆਮ ਜਨਤਾ ਦਾ ਇਹੀ ਸਵਾਲ ਹੈ ਕਿ ਹੁਣ ਤੱਕ ਕੋਈ ਵੱਡਾ ਸਮਗਲਰ ਕਿਉਂ ਨਹੀਂ ਫੜਿਆ ਗਿਆ। ਨਸ਼ਾ ਹਾਲੇ ਵੀ ਵਿਕ ਰਿਹਾ ਤੇ ਪਹਿਲਾਂ ਨਾਲੋਂ ਜ਼ਿਆਦਾ ਵਿਕ ਰਿਹਾ। ਇਸ ਸਵਾਲ ਦਾ ਜਵਾਬ ਸਰਕਾਰ ਨੂੰ ਆਮ ਜਨਤਾ ਨੂੰ ਦੇਣਾ ਪਵੇਗਾ। ਹੁਣ ਰੁਕ ਕਰਦੇ ਹਾਂ ਉਸ ਵਾਅਦੇ ਦੀ ਜੋ ਕਿ ਕੈਪਟਨ ਸਰਕਾਰ ਨੇ ਕੀਤਾ ਸੀ। ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੋ ਵੀ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਨੂੰ ਹਰ ਮਹੀਨੇ 250 ਰੁਪਏ ਭੱਤਾ ਦਿੱਤਾ ਜਾਵੇਗਾ। ਹਰ ਪਿੰਡ ਦੇ ਵਿੱਚ ਸਾਡੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਹੈ, ਕੋਈ ਪੜ੍ਹੇ ਲਿਖੇ ਨੇ, ਕੋਈ ਕੁਛ ਪੜ੍ਹੇ ਨੇ, ਕੋਈ ਬੜੇ ਪੜ੍ਹੇ ਨੇ। ਇਹ ਮੇਰੇ ਹੈ ਕਿ ਪਹਿਲਾਂ ਮੈਂ ਪੂਰਾ ਜ਼ੋਰ ਲਾ ਦੂੰਗਾ ਉਹਨਾਂ ਨੂੰ ਨੌਕਰੀਆਂ ਦਵਾਉਣ ਦਾ, ਔਰ ਮੈਂ 10ਵੇਂ ਪਾਤਸ਼ਾਹ ਦੀ ਚਰਨਾਂ ਦੀ ਸਹੁੰ ਖਾਂਦਾ ਹੈ ਕਿ ਇਹਨੂੰ ਛੱਡ ਕੇ ਕਰਕੇ ਮੈਂ ਛੱਡੂੰਗਾ। ਸਰਕਾਰ ਨੇ ਇਸ ਵਾਅਦੇ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਦੀ ਗੱਲ ਕੀਤੀ ਸੀ, ਪਰ ਅਸਲ ਵਿੱਚ ਜੋ ਹਕੀਕਤ ਹੈ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ। ਇੰਨੀਆਂ ਡਿਗਰੀਆਂ ਲੈਣ ਦੇ ਬਾਵਜੂਦ ਵੀ ਨੌਜਵਾਨ ਨੌਕਰੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ। ਇਹੀ ਕਾਰਨ ਹੈ ਕਿ ਨੌਜਵਾਨ ਪੀੜ੍ਹੀ ਵਿਦੇਸ਼ ਵੱਲ ਰੁੱਖ ਕਰ ਰਹੀ ਹੈ, ਕਿਉਂਕਿ ਵਿਦੇਸ਼ ਵਿੱਚ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਵੀ ਮਿਲਦੀਆਂ ਨੇ। ਇਸ ਵਾਅਦੇ ਨੂੰ ਪੂਰਾ ਨਾ ਕਰਨ ਕਾਰਨ ਆਮ ਜਨਤਾ ਸਰਕਾਰ ਕੋਲੋਂ ਕਈ ਸਵਾਲ ਪੁੱਛ ਰਹੀ ਹੈ। ਇਹ ਤਾਂ ਸਨ ਉਹ ਦੋ ਖਾਸ ਵਾਅਦੇ ਜੋ ਕਿ ਸਰਕਾਰ ਨੇ ਖਾਸ ਤੌਰ 'ਤੇ ਨੌਜਵਾਨਾਂ ਲਈ ਐਲਾਨੇ ਸਨ, ਅਤੇ ਇਹ ਵਾਅਦੇ ਸਰਕਾਰ ਨੇ ਕੀਤੇ ਸਨ ਪਰ ਆਪਣੇ ਇਹਨਾਂ 2.5 ਸਾਲਾਂ ਦੇ ਵਿੱਚ ਪੂਰੇ ਨਹੀਂ ਕਰ ਸਕੀ। ਆਮ ਜਨਤਾ ਦਾ ਇਹੀ ਸਵਾਲ ਹੈ ਕਿ ਸਰਕਾਰ ਦੇ ਇਹ ਵਾਅਦੇ ਕਿੱਥੇ ਗਏ। ਬਿਊਰੋ ਰਿਪੋਰਟ, ਟਰੂ ਸਕੂਪ।